ਲੈਣਿਆ ਮੁਸਲਾ ਸੋਨਾ ਛੱਡਦੀ ਹੈ ਵੀ ਬਾਤੂ ਜਾ ਸਕਦੀ ਆ ਤੇ ਉਹਨੇ ਮੈਨੂੰ ਕਿਹਾ ਕਿ ਉਹਦੀ ਮਾਂ ਨੇ ਤੇ ਉਹਦੀ ਭੈਣ ਨੇ ਮਿਲ ਕੇ ਉਹਨੂੰ ਮਾਰਤਾ ਯਾਰ ਮਾਂ ਆਪਣੇ ਬੱਚੇ ਨੂੰ ਮਾਰ ਸਕਦੀ ਹੈ ਕਦੀ ਹੈ ਮੇਰੇ ਤੋਂ ਗਾਲਾਂ ਸੁਣਦਾ ਫਿਰ ਤੂੰ ਮੈਨੂੰ ਗਾਲਾਂ ਕੱਢ ਰਿਹਾ ਮਾਂ ਵਰਗੀਆਂ ਜਦੋਂ ਅਸੀਂ ਕੱਢੀਆਂ ਫਿਰ ਤੂੰ ਕਹਿਣਾ ਮੇਰੇ ਮਾਂ ਪਿਓ ਹੈ ਨਹੀਂ ਤੂੰ ਇਕੱਲੀ ਇੱਕ ਕੁੜੀ ਨੂੰ ਭੈਣ ਨੂੰ ਸਾਡੀ ਨੂੰ ਟਾਰਗੇਟ ਕਰੀ ਫਿਰਦਾ ਜੇ ਖੁਸ਼ ਸਾਡਾ ਭਰਾ ਸੀਗਾ ਅਸੀਂ ਉਹਨੂੰ ਵੀ ਭੈਣ ਮੰਨਦੇ ਸੀਗੇ ਤੂੰ ਕੌਣ ਹੁੰਦਾ ਓਏ ਸਾਨੂੰ ਦੱਸਣ ਵਾਲਾ ਲੌਂਡਾ ਕਿਸੇ ਥਾਂ ਦਾ ਤੂੰ ਇਦਾਂ ਕਰ ਮੈਨੂੰ ਪ੍ਰੂਫ ਦੇ ਜਦੋਂ ਕੋਈ ਹੈ ਦੋਸਤੋ ਗਾਇਕ ਸਿੱਧੂ ਮੂਸੇਵਾਲੇ ਦੀ ਕੱਟੜ ਫੈਨ ਖੁਸ਼ ਰੰਧਾਵਾ ਦੀ ਮੌਤ ਤੋਂ ਬਾਅਦ ਉਸੇ ਦੀ ਫਰੈਂਡ ਵੱਲੋਂ ਹੁਣ ਦੱਸੇ ਸੱਚ ਨੇ ਸਾਰੇ ਹੀ ਹੈਰਾਨ ਕਰ ਦਿੱਤੇ ਪੂਰੀ ਖਬਰ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਸਿੱਧੂ ਮੂਸੇਵਾਲੇ ਦਾ ਇੱਕ ਫੈਨ ਖੁਸ਼ ਰੰਧਾਵਾ ਪਿਛਲੇ ਦਿਨੀ ਇਸ ਦੁਨੀਆ ਤੋਂ ਹਮੇਸ਼ਾ ਲਈ ਚਲੇ ਗਏ ਅਤੇ ਖੁਦ ਸਿੱਧੂ ਨੇ ਵੀ ਉਸ ਦਾ ਦੁੱਖ ਜ਼ਾਹਰ ਕੀਤਾ ਖੁਸ਼ ਦੇ ਜਾਣ ਦੇ ਕਾਰਨ ਪਹਿਲਾਂ ਤਾਂ ਉਹਨਾਂ ਦੇ ਕਰੀਬੀਆਂ ਵੱਲੋਂ ਉਸ ਦੀ ਇੱਕ ਫਰੈਂਡ ਨੂੰ ਹੀ ਦੱਸਿਆ ਜਾ ਰਿਹਾ ਸੀ ਅਤੇ ਜਿਸ ਨਾਲ ਸੰਬੰਧਿਤ ਕਾਫੀ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਸਨ ਜਿਸ ਬਾਰੇ ਵਾਇਰਲ ਪੰਜਾਬੀ ਗਿਆਨ ਨੇ ਵੀ ਜਾਣਕਾਰੀ ਤੁਹਾਡੇ ਸਭ ਨਾਲ ਸਾਂਝੀ ਕੀਤੀ ਸੀ ਪਰ ਹੁਣ ਇਸ ਮਾਮਲੇ ਵਿੱਚ ਖੁਸ਼ ਦੀ ਉਸੇ ਦੋਸਤ ਦਾ ਪੱਖ ਵੀ ਸੁਣਨ ਨੂੰ ਮਿਲ ਰਿਹਾ ਹੈ ਜੋ ਕਿ ਸੁੱਖ ਦੇ ਕਰੀਬੀ ਦੋਸਤਾਂ ਵੱਲੋਂ ਦੇਖਣ ਨੂੰ ਮਿਲਿਆ ਖੁਸ਼ ਦੇ ਇਹ ਦੋਸਤ ਵੀ ਉਹਨਾਂ ਦੀ ਉਸ ਦੋਸਤ ਨੂੰ ਆਪਣੀ ਭੈਣ ਕਹਿੰਦੇ ਨਜ਼ਰ ਆ ਰਹੇ ਹਨ ਅਤੇ ਖੁਸ਼ ਨੂੰ ਆਪਣਾ ਭਰਾ ਅਤੇ ਪੂਰੀ ਗੱਲਬਾਤ ਦੇ ਸੱਚ ਦਾ ਦੂਸਰਾ ਪੱਖ ਸਾਹਮਣੇ ਰੱਖ ਰਹੇ ਹਨ ਜਿਸ ਤੋਂ ਬਾਅਦ ਇੱਕ ਹੋਰ ਲੜਕੀ ਜਿਸ ਨੇ ਇਹ ਵੀਡੀਓ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਸੀ ਉਸ ਨੇ ਵੀ ਵੀਡੀਓ ਡਿਲੀਟ ਕਰਕੇ ਇੱਕ ਤਰ੍ਹਾਂ ਨਾਲ ਮਾਫੀ ਮੰਗੀ ਹੈ ਇੱਥੇ ਤੁਸੀਂ ਖੁਦ ਪੂਰੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਖੁਸ਼ ਦੀ ਉਸ ਦੋਸਤ ਦਾ ਪੱਖ ਕਿਵੇਂ ਸਭ ਦੇ ਸਾਹਮਣੇ ਰੱਖਿਆ ਗਿਆ ਹਾਂਜੀ ਕਿੱਦਾਂ ਬਈ ਮੈਂ ਅੱਜ ਗੱਲ ਕਰਨਾ ਚਾਹੁੰਦਾ ਜਿਹੜੇ ਆਪਣੇ ਭਰਾ ਨੇ ਸੁਸਾਈਡ ਕੀਤੀ ਆ ਖੁਸ਼ ਨੇ ਕਿ ਉਹਦੇ ਕੋਈ ਘਰੇਲੂ ਮਾਮਲਾ ਸੀ ਜਾਂ ਕੁਛ ਹੋਰ ਸੀਗਾ ਉਹ 'ਚ ਆਪਾਂ ਨੂੰ ਕੁਛ ਨਹੀਂ ਪਤਾ ਆਪਣੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਆਪਾਂ ਕਿਸੇ ਕੁੜੀ 'ਤੇ ਕਿਉਂ ਉਂਗਲ ਚੱਕਾਂਗੇ ਜਾਂ ਉਹਦੇ ਘਰਦਿਆਂ 'ਤੇ ਕਿਉਂ ਚੱਕਾਂਗੇ ਉਂਗਲ ਕਿਸੇ ਦੀ ਠੀਕ ਆ ਨਾ ਜਦ ਅਗਲੇ ਜਿਨ੍ਹਾਂ ਦਾ ਪੁੱਤ ਗਿਆ ਅਗਲੇ ਐਕਸ਼ਨ ਲੈਣਗੇ ਠੀਕ ਆ ਮੇਰੇ ਤੋਂ ਗਾਲਾਂ ਸੁਣਦਾ ਫਿਰ ਤੂੰ ਮੈਨੂੰ ਗਾਲਾਂ ਕੱਢ ਰਿਹਾ ਮਾਂ ਵਰਗੀਆਂ ਜਦੋਂ ਅਸੀਂ ਕੱਢੀਆਂ ਫਿਰ ਤੂੰ ਕਹਿਣਾ ਮੇਰੇ ਮਾਂ ਪਿਓ ਹੈ ਨਹੀਂ ਅਤੇ ਰਾਜਵੀਰ ਮੈਨੂੰ ਗਾਲਾਂ ਕੱਢਦਾ ਗੱਲ ਮੇਰੀ ਯਾਦ ਰੱਖ ਠੀਕ ਆ ਤੇਰੇ ਕੋਲ ਕੋਈ ਪ੍ਰੂਫ ਹੈਗਾ ਤੂੰ ਦਿਖਾ ਤੇਰੇ ਕੋਲ ਪੱਕਾ ਪ੍ਰੂਫ ਹੈਗਾ ਕੋਈ ਸਾਲਿਆ ਯੂਟਿਊਬ ਦੇ ਉੱਤੇ ਤੂੰ ਚਮਕਣ ਨੂੰ ਟਿਕਟੋਕ ਦੇ ਚਮਕਣ ਨੂੰ ਤੂੰ ਵੀਡੀਓ ਪਾਈ ਹੈ ਨਾ ਤੈਨੂੰ ਕਹਾਂ ਵੀਡੀਓ ਡਿਲੀਟ ਕਰਦੇ ਅਸੀਂ ਨਹੀਂ ਪਾਉਂਦੇ ਪਏ ਕੁਛ ਤੈਨੂੰ ਵਿਚਲੀ ਗੱਲ ਦਾ ਜੇ ਨਹੀਂ ਪਤਾ ਤੂੰ ਨਾ ਬੋਲ ਇੱਕ ਫੇਮ ਪਿੱਛੇ ਕਿੱਥੇ ਕਿੱਥੇ ਉੱਡਿਆ ਫਿਰਦਾ ਤੂੰ ਇਕੱਲੀ ਇੱਕ ਕੁੜੀ ਨੂੰ ਭੈਣ ਨੂੰ ਸਾਡੀ ਨੂੰ ਟਾਰਗੇਟ ਕਰੀ ਫਿਰਦਾ ਜੇ ਖੁਸ਼ ਸਾਡਾ ਭਰਾ ਸੀਗਾ ਅਸੀਂ ਉਹਨੂੰ ਵੀ ਭੈਣ ਮੰਨਦੇ ਸੀਗੇ ਤੂੰ ਕੌਣ ਹੁੰਦਾ ਓਏ ਸਾਨੂੰ ਦੱਸਣ ਵਾਲਾ ਲੌਂਡਾ ਕਿਸੇ ਥਾਂ ਦਾ ਤੂੰ ਇੱਦਾਂ ਕਰ ਮੈਨੂੰ ਪ੍ਰੂਫ ਦੇ ਜਦੋਂ ਕੋਈ ਹੈ ਮੈਂ ਕੱਲ੍ਹ ਇੱਕ ਖੁਸ਼ ਰੰਧਾਵਾ ਵੀਰੇ ਬਾਰੇ ਵੀਡੀਓ ਪਾਈ ਸੀ ਜੋ ਕਿ ਉਹਨਾਂ ਦਾ ਉਹਨਾਂ ਸੁਸਾਈਡ ਕਰ ਲਿਆ ਕਿ ਉਹਨਾਂ ਇੱਕ ਕੁੜੀ ਦੀ ਵਜ੍ਹਾ ਤੋਂ ਕੀਤੀ ਲੇਕਿਨ ਇੱਦਾਂ ਦਾ ਕੁਛ ਵੀ ਨਹੀਂ ਆ ਸੋ ਉਹਦਾ ਪੂਰੀ ਸਾਨੂੰ ਜਾਣਕਾਰੀ ਨਹੀਂ ਸੀ ਸਾਨੂੰ ਜੇ ਕਿ ਜਿਵੇਂ ਕਿਸੇ ਨੇ ਦੱਸਤਾ ਸੀ ਉਵੇਂ ਸਮਝ ਗਏ ਲੇਕਿਨ ਉਹਦੀ ਪੂਰੀ ਜਾਣਕਾਰੀ ਰਾਜਵੀਰ ਬਾਈ ਨੇ ਕੱਢੀ ਆ ਤਾਂ ਉਹਨੇ ਸਾਨੂੰ ਦੱਸਿਆ ਇਸ ਪੂਰੇ ਮਾਮਲੇ ਵਿੱਚ ਕੌਣ ਸਹੀ ਹੈ ਜਾਂ ਕੌਣ ਗਲਤ ਇਸ ਬਾਰੇ ਅਸੀਂ ਕੁਝ ਵੀ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਇਸ ਲਈ ਸਭ ਨੂੰ ਹੀ ਸੋਸ਼ਲ ਮੀਡੀਆ ਉੱਪਰ ਇਹੋ ਜਿਹੇ ਮਾਮਲੇ ਬਾਰੇ ਜਾਣਕਾਰੀ ਦੇਣ ਸਮੇਂ ਕਾਫੀ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਸ ਕਰਕੇ ਵਾਇਰਲ ਪੰਜਾਬੀ ਗਿਆਨ ਦੀ ਟੀਮ ਨੇ ਵੀ ਤਾਂ ਪਹਿਲਾਂ ਵੀ ਉਸ ਲੜਕੀ ਦਾ ਨਾ ਤਾਂ ਨਾਮ ਆਪਣੀ ਵੀਡੀਓ ਵਿੱਚ ਜ਼ਾਹਿਰ ਕੀਤਾ ਸੀ ਨਾ ਹੀ ਉਹਨਾਂ ਦੀ ਫੋਟੋ ਅਤੇ ਨਾ ਹੀ ਹੁਣ ਕਰਾਂਗੇ ਤੇ ਦੋਸਤੋ ਤੁਹਾਡੇ ਸਿੱਧੂ ਦੇ ਇਸ ਫੈਨ ਖੁਸ਼ ਰੰਧਾਵਾ ਦੇ ਪੂਰੇ ਮਾਮਲੇ ਉੱਪਰ ਅਸਲ ਵਿਚਾਰ ਕੀ ਹਨ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੱਸਣਾ ਧੰਨਵਾਦ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ